ਪੰਜਾਬ ਦੇ ਵਿੱਤੀ ਹਾਲਾਤ ਕੀ ਨੇ ਇਹ ਸਾਰੇ ਜਾਣਦੇ ਨੇ ਸਿਆਸੀ ਗਲਿਆਰਿਆਂ 'ਚ ਵੀ ਆਮ ਚਰਚਾ ਹੈ ਹਾਲਾਂਕਿ ਕਰਜ਼ੇ ਦੀ ਪੰਡਾਂ ਵੀ ਭਾਰੀ ਹੁੰਦੀਆਂ ਜਾ ਰਹੀਆਂ ਨੇ ਪਹਿਲੀਆਂ ਸਰਕਾਰਾਂ ਦੇ ਦੌਰਾਨ ਵੀ ਇਹੀ ਸਿਲਸਿਲਾ ਜਾਰੀ ਰਿਹਾ ਤੇ ਹੁਣ ਵੀ ਇਸੇ ਤਰ੍ਹਾਂ ਜਾ ਰਹੀ ਹੈ ਹੁਣ ਤੇ ਸੰਭਾਵਨਾ ਪਹਿਲਾਂ ਨਾਲੋਂ ਵੀ ਕਰਜ਼ੇ ਵਧਣ ਦੀ ਵੱਧ ਗਈ ਹੈ ਕਿਉਂਕਿ ਇਹ ਟੁੱਟ ਨਹੀਂ ਰਿਹਾ ਸਿਲਸਿਲਾ ਇਥੋਂ ਤੱਕ ਕਿ ਪੰਜਾਬ ਸਰਕਾਰ ਦੇ ਵੱਲੋਂ ਤਾਂ ਕਰਜ਼ਾ ਹੱਦ ਵਧਾਉਣ ਦੇ ਲਈ ਵੀ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਦਲੀਲਾਂ ਰੱਖੀਆਂ ਜਾ ਰਹੀਆਂ ਨੇ ਤੇ ਹੁਣ ਕਰਜ਼ਾ ਹੱਦ 10000 ਕਰੋੜ ਰੁਪਏ ਦੀ ਕੀਤੀ ਗਈ ਪੰਜਾਬ ਸਰਕਾਰ ਦੀ ਪਹਿਲਾ ਮੰਗ ਪ੍ਰਵਾਨ ਚੜ੍ਹੇਗੀ ਕਿ ਨਹੀਂ ਚੜ੍ਹੇਗੀ ਇਸ ਦੇ ਸਬੰਧਤ ਖਬਰ ਹੈ ਔਰ ਕੇਂਦਰ ਦੇ ਵੱਲੋਂ ਇਸ ਬਾਬਤ ਕੀ ਜਵਾਬ ਆ ਰਿਹਾ ਹੈ ਜਾਂ ਆਉਣ ਦੀ ਸੰਭਾਵਨਾ ਇਸ ਦੇ ਬਾਰੇ ਵੀ ਗੱਲ ਕਰਾਂਗੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪੀ ਜਿਸ ਦੇ ਬਾਰੇ ਹਵਾਲੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਵਿੱਤੀ ਸੰਕਟ ਝੱਲ ਰਹੀ ਪੰਜਾਬ ਸਰਕਾਰ ਲਈ ਰਾਹਤ ਵਾਲਾ ਸੁਨੇਹਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਕਰਜ਼ਾ ਹੱਦ ਬਹਾਲ ਕਰਨ ਦਾ ਹੰਗਾਰਾ ਭਰਿਆ ਪੰਜਾਬ ਸਰਕਾਰ ਨੇ ਕੇਂਦਰ ਤੋਂ ਸੂਬੇ ਦੀ ਕਰਜ਼ਾ ਹੱਦ ਵਧਾਉਣ ਵਿੱਚ 10000 ਕਰੋੜ ਰੁਪਏ ਦੇ ਵਾਧੇ ਦੀ ਮੰਗ ਕੀਤੀ ਸੀ ਪੰਜਾਬ ਦੀ ਚਾਲੂ ਵਿੱਤੀ ਬਾਰੇ ਵਿੱਚ ਕਰਜ਼ਾ ਲੈਣ ਦੀ ਜਿਹੜੀ ਹੱਦ ਆ ਉਹ 30464 ਕਰੋੜ ਰੁਪਏ ਹੈ ਸੂਬਾ ਸਰਕਾਰ ਇਸ ਪ੍ਰਵਾਨਿਤ ਸੀਮਾ ਤੋਂ 10000 ਕਰੋੜ ਦੀ ਕਰਜ਼ਾ ਹੱਦ ਵਧਾਉਣਾ ਚਾਹੁੰਦੀ ਹੈ ਕੇਂਦਰ ਸਰਕਾਰ ਨੇ ਪਾਵਰਕਾਮ ਦੇ ਵਿੱਤੀ ਘਾਟਿਆਂ ਦੇ ਹਵਾਲੇ ਨਾਲ ਸੂਬਾ ਸਰਕਾਰ ਦੀ ਕਰਜ਼ਾ ਹੱਦ ਵਿੱਚ 2387 ਕਰੋੜ ਰੁਪਏ ਦੀ ਕਟੌਤੀ ਕੀਤੀ ਸੀ। ਖਾਸ ਕਰਕੇ ਇਸ ਦੇ ਵਿੱਚ ਬਿਜਲੀ ਮੰਤਰਾਲੇ ਨੇ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਸੀ ਜਿਸ ਦੇ ਕਰਕੇ ਹੁਣ ਕਰਜ਼ਾ ਵਧਾਉਣ ਦੀ ਜਿਹੜੀ ਕਰਜ਼ਾ ਹੱਦ ਵਧਾਉਣ ਦੀ ਮੰਗ ਕੀਤੀ ਗਈ। ਹੁਣ ਜਿਸ ਤਹਿਤ ਬਿਜਲੀ ਸੁਧਾਰ ਕੀਤੇ ਜਾਣੇ ਨੇ ਨੂੰ ਅਡਾਪਟ ਕਰਨ ਦੇ ਬਾਵਜੂਦ ਪਾਵਰਕਾਮ ਨੂੰ ਸਾਲ 2022-23 ਵਿੱਚ 4776 ਕਰੋੜ ਦਾ ਵਿੱਤੀ ਘਾਟਾ ਪਿਆ। ਉਦੈ ਸਕੀਮ ਸਾਲ 216 ਵਿੱਚ ਸ਼ੁਰੂ ਹੋਈ ਜੋ ਕਿ 5 ਵਰਿਆਂ ਲਈ ਸੀ ਯਾਨੀ ਕਿ 221 ਤੱਕ ਹੀ ਚਲਣੀ ਸੀ ਉਦੋਂ ਸੂਬਾ ਸਰਕਾਰ ਨੂੰ ਪਾਵਰਕਾਮ ਦੇ ਵਿੱਤੀ ਨੁਕਸਾਨ ਦਾ 50% ਦੀ ਝੱਲਣ ਲੈ ਕੇ ਆ ਗਿਆ ਸੀ ਕੇਂਦਰੀ ਬਿਜਲੀ ਮੰਤਰਾਲੇ ਨੇ ਹੁਣ 23 ਸਤੰਬਰ ਨੂੰ ਕੇਂਦਰੀ ਵਿੱਤ ਮੰਤਰਾਲੇ ਖਰਚਾ ਭਾਗ ਨੂੰ ਪੱਤਰ ਲਿਖਿਆ ਜਿਸ ਦੀ ਕਾਪੀ ਜਿਹੜੀ ਆ ਉਹ ਪੰਜਾਬੀ ਟ੍ਰਿਬਿਊਨ ਦੇ ਕੋਲ ਹੈ ਜੋ ਖਬਰ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਾਵਰ ਕਾਮ ਵੱਲੋਂ ਪੱਖ ਦੇ ਮੱਦੇ ਨਜ਼ਰ ਹੁਣ ਪੰਜਾਬ ਸਰਕਾਰ ਦੀ ਕਰਜ਼ਾ ਹਾਦਚ ਕਟੌਤੀ ਦੀ ਬਹਾਲੀ ਨੂੰ ਮਨਜ਼ੂਰੀ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਕੇਂਦਰੀ ਵਿੱਤ ਮੰਤਰਾਲੇ ਨੇ 20 ਮਾਰਚ 2024 ਨੂੰ ਬਿਜਲੀ ਮੰਤਰਾਲੇ ਨੂੰ ਪੱਤਰ ਲਿਖ ਕੇ ਪਾਵਰ ਕਾਮ ਨੂੰ ਪਏ ਘਾਟੇ ਬਾਰੇ ਜਾਣੂ ਕਰਵਾਇਆ ਉਸ ਮਗਰੋਂ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਨੇ 5 April 2024 ਨੂੰ ਪੱਤਰ ਲਿਖ ਕੇ ਆਪਣਾ ਪੱਖ ਪੇਸ਼ ਕੀਤਾ ਸੀ ਸੂਬਾ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਜਦੋਂ ਸਾਲ 2022-23 ਚ ਪਾਵਰਕਾਮ ਘਾਟੇ ਵਿੱਚ ਗਿਆ ਸੀ ਉਸ ਤੋਂ ਪਹਿਲਾਂ ਹੀ ਉਹਦੇ ਸਕੀਮ ਦਾ 5 ਸਾਲ ਦਾ ਸਮਾਂ ਸੰਭਾਪਤ ਹੋ ਚੁੱਕਾ ਸੀ ਇਹ ਵਜ੍ਹਾ ਵੀ ਦੱਸੀ ਗਈ ਹੈ ਕਿ ਸਾਲ 2022-23 ਦੇ ਵਿੱਚ ਜਿਹੜਾ ਘਾਟੇ ਦਾ ਮੂਲ ਕਾਰਨ ਪਿਛਲੇ ਵਿੱਤੀ ਬਾਰੇ ਦੇ ਮੁਕਾਬਲੇ ਕੋਲੇ ਤੇ ਬਿਜਲੀ ਦੇ ਖਰੀਦ ਦੇ ਉੱਤੇ ਖਰਚੇ ਆਏ ਜਿਹੜੇ ਕਿ 72557 ਕਰੋੜ ਦਾ ਵਾਧਾ ਹੋਣਾ ਸੀ ਪਾਵਰਕਾਮ ਵੱਲੋਂ ਕਿਹਾ ਗਿਆ ਸੀ ਕਿ ਸਾਲ 2022-23 ਵਿੱਚ ਸਮੁੱਚੇ ਦੇਸ਼ ਵਿੱਚ 10 ਫੀਸਦੀ ਵਿਦੇਸ਼ੀ ਕੋਲਾ ਵਰਤਣ ਲਈ ਕਿਹਾ ਗਿਆ ਜਿਸ ਕਰਕੇ ਪੰਜਾਬ ਦੇ ਲਾਗਤ ਖਰਚੇ ਵੀ ਵਿਦੇਸ਼ੀ ਕੋਲੇ ਤੇ ਬਿਜਲੀ ਖਰੀਦ ਦੇ ਉੱਚੇ ਭਾਅ ਰਹਿਣ ਕਰਕੇ ਵਧ ਗਏ ਸਨ ਹਾਲਾਂਕਿ ਸਾਲ 2020-21 ਅਤੇ 21-22 ਵਿੱਚ ਪਾਵਰਕਾਮ ਵਿੱਤੀ ਘਾਟੇ ਵਿੱਚ ਨਹੀਂ ਸੀ ਇਸੇ ਤਰ੍ਹਾਂ ਸਾਲ 2023-24 ਵਿੱਚ ਵੀ ਪਾਵਰਕਾਮ 830 ਕਰੋੜ ਦੇ ਮੁਨਾਫੇ ਵਿੱਚ ਰਹੀ ਤੇ ਟੈਰਿਫ ਆਦ ਵਿੱਚ ਵਾਧਾ ਕਰਕੇ ਹੁਣ ਸਾਲ 2024-25 ਦਾ ਜਿਹੜਾ ਅਨੁਮਾਨ ਹੈ ਉਸ ਦੇ ਵਿੱਚ ਵੀ ਮੰਨਿਆ ਜਾ ਰਿਹਾ ਹੈ ਕਿ ਘਾਟਾ ਪੈਣ ਦੀ ਸੰਭਾਵਨਾ ਘਟ ਨਜ਼ਰ ਆ ਰਹੀ ਹੈ ਹੁਣ ਧਿਆਨ ਦੇਣ ਯੋਗ ਵਾਲੀ ਗੱਲ ਇਹ ਹੈ ਕਿ ਕੇਂਦਰੀ ਬਿਜਲੀ ਮੰਤਰਾਲੇ ਨੇ ਪੰਜਾਬ ਸਰਕਾਰ ਦੀ ਇਸ ਦਲੀਲ ਨਾਲ ਸਹਿਮਤੀ ਜ਼ਾਹਰ ਕਰ ਦਿੱਤੀ ਹੈ ਕੇਂਦਰੀ ਵਿੱਤ ਮੰਤਰਾਲੇ ਨੂੰ ਕਰਜ਼ਾ ਹੱਦ ਵਿੱਚ ਅਪਰੋਕਤ ਕਾਰਨਾ ਕਰਕੇ ਕੀਤੀ ਕਟੌਤੀ ਦੀ ਬਹਾਲੀ ਬਾਰੇ ਵਿਚਾਰ ਕਰਨ ਲਈ ਕਹਿ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੂੰ 10000 ਕਰੋੜ ਦੀ ਕਰਜ਼ਾ ਹੱਦ ਵਧਾਏ ਜਾਣ ਬਾਰੇ ਪੱਤਰ ਲਿਖਿਆ ਸੀ ਜਿਸ ਵਿੱਚ ਯੋਗ ਹੈ ਕਿ ਪੰਜਾਬ ਸਰਕਾਰ ਨੂੰ ਇੱਥੇ ਆਰਥਿਕ ਤੌਰ ਦੇ ਉਤੇ ਤੰਗੀਆਂ ਤੁਰਸ਼ੀਆਂ ਦੇ ਨਾਲ ਦੋ ਚਾਰ ਹੋਣਾ ਪੈ ਰਿਹਾ ਜਿਸ ਕਰਕੇ ਸਰਕਾਰ ਨੇ ਕਰਜ਼ਾ ਹੱਦ ਵਧਾਉਣ ਦੀ ਮੰਗ ਕੀਤੀ ਹੈ ਇੱਕ ਪਾਸੇ ਜਿਹੜੇ ਨੇ ਕਰਜ਼ੇ ਹੱਦ ਵਧਾਉਣ ਦੀ ਮੰਗ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਪਰ ਹੁਸਵਾਲੇ ਪੈਦਾ ਹੁੰਦਾ ਹੈ ਕਿ ਜਿਹੜੇ ਇਹ ਦਾਅਵੇ ਕੀਤੇ ਗਏ ਸੀ ਕਿ ਵੱਖ-ਵੱਖ ਤਰ੍ਹਾਂ ਦਾ ਮਾਫੀਆ ਚੱਲ ਰਿਹਾ ਜਿਹੜਾ ਪੰਜਾਬ ਦੇ ਵਿੱਚ ਪੁਰਾਣੀਆਂ ਪਾਰਟੀਆਂ ਦੀਆਂ ਸਰਕਾਰਾਂ ਦੇ ਵੇਲੇ ਉਸ ਨੂੰ ਖਤਮ ਕਰਕੇ ਪੰਜਾਬ ਦਾ ਖਜ਼ਾਨਾ ਹਰਿਆ ਭਰਿਆ ਕੀਤਾ ਜਾਏਗਾ ਉਸ ਨੂੰ ਭਰਿਆ ਜਾਵੇਗਾ ਪਰ ਉਹ ਇਹ ਨਹੀਂ ਸੀ ਗੱਲ ਹੋਈ ਕਿ ਜੋ ਵੀ ਪੰਜਾਬ ਦੀ ਤਰੱਕੀ ਕਰਨੀ ਹੈ ਜਾਂ ਸਕੀਮਾਂ ਲਾਗੂ ਕਰਨੀਆਂ ਨੇ ਨਿਯਮ ਤੈਅ ਕਰਨੇ ਨੇ ਉਸ ਦੇ ਵਿੱਚ ਕਰਜ਼ਾ ਚੁੱਕ ਕੇ ਪੰਜਾਬ ਦੀ ਤਰੱਕੀ ਕੀਤੀ ਜਾਵੇਗੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਅੱਜ ਵੀ ਕਰਜ਼ੇ ਦੀ ਲੋੜ ਕਿਉਂ ਪੈ ਰਹੀ ਹੈ ਉਹ ਵੀ ਕਰਜ਼ੇ ਦੀਆਂ ਹੱਦਾਂ ਵਧਾਉਣ ਦੀਆਂ ਚਿੱਠੀਆਂ ਲਿਖਣੀਆਂ ਪੈ ਰਹੀਆਂ ਨੇ ਤੇ ਕਦੋਂ ਤੱਕ ਕਰਜ਼ੇ ਚੁੱਕ-ਚੁੱਕ ਕੇ ਪੰਜਾਬ ਦੀ ਤਰੱਕੀ ਜਾਂ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣ ਦੇ ਰਾਹ 'ਤੇ ਤੁਰਿਆ ਜਾਵੇਗਾ ਇਹ ਕਰਜ਼ੇ ਚੁੱਕਣ ਦੀ ਜਿਹੜੀ ਰੀਤ ਆ ਇਹ ਕਦੋਂ ਖਤਮ ਹੋਵੇਗੀ ਸਭ ਤੋਂ ਵੱਡਾ ਸੰਕਟ ਤੇ ਸਵਾਲ ਇਹੀ ਬਣਿਆ ਹੋਇਆ ਪੰਜਾਬ ਦੇ ਸਾਹਮਣੇ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਨੀਤੀਆਂ ਤੇ ਚੱਲ ਕੇ ਪੰਜਾਬ ਸਰਕਾਰ ਇਸ ਮਾਮਲੇ ਨੂੰ ਨਜਿੱਠਦੀ ਹੈ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਵੇਗਾ ਫਿਲਹਾਲ ਇਸ ਜਾਣਕਾਰੀ ਚੈਨਈ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ